ਇਹ ਜੋ ਕਮਰਾ ਤੁਸੀਂ ਦੇਖ ਰਹੇ ਹੋ ਇਸੇ ਕਮਰੇ ਦੇ ਵਿੱਚ ਥੋੜੇ ਦੇਰ ਪਹਿਲਾਂ ਇੱਕ ਔਰਤ ਅੰਗੀਠੀ ਲਾ ਕੇ ਸੋ ਰਹੀ ਸੀ। ਅੰਗੀਠੀ ਸੇਕਣ ਵੇਲੇ ਉਸ ਨੂੰ ਅੱਗ ਪੈ ਗਈ, ਜਿਸ ਤੋਂ ਬਾਅਦ ਉਹ ਅੰਦਰ ਹੀ ਸੜ ਕੇ ਸਵਾਹ ਹੋ ਗਈ। ਦੇਖ ਹੀ ਸਕਦੇ ਹੋ ਤਸਵੀਰਾਂ ਕਿ ਕਿਵੇਂ ਅੰਦਰ ਰਾਖ ਪਈ ਹੈ ਧਰਤੀ ਉੱਤੇ। ਦੱਸਦੀ ਹੈ ਕਿ ਮਾਮਲਾ ਜੈਤੋਂ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਚੜ੍ਹਦੀ ਸਵੇਰ 70 ਸਾਲਾਂ ਦੀ ਬਜ਼ੁਰਗ ਔਰਤ ਜੋ ਕਿ ਅੰਗੀਠੀ ਸੇਕ ਰਹੀ ਸੀ, ਅੰਗੀਠੀ ਸੇਕਣ ਸਮੇਂ ਉਸਨੂੰ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਉਹ ਸੜ ਗਈ ਅਤੇ ਉਸਦੀ ਮੌਤ ਹੋ ਗਈ। ਦਰਅਸਲ ਇਸ ਘਰ ਦੇ ਵਿੱਚ ਦੋ ਮਾਂ ਪੁੱਤ ਰਹਿੰਦੇ ਨੇ। ਪੁੱਤ ਕਿਸੇ ਕੰਮ ਤੋਂ ਬਾਹਰ ਗਿਆ ਸੀ ਤਾਂ ਬਜ਼ੁਰਗ ਮਾਂ ਘਰ ਦੇ ਵਿੱਚ ਇਕੱਲੀ ਸੀ। 70 ਸਾਲਾਂ ਇਸਦੀ ਉਮਰ ਦੱਸੀ ਜਾ ਰਹੀ ਹੈ। ਸਿਰਹਾਣੇ ਦੇ ਨਾਲ ਇਸਨੇ ਅੰਗੀਠੀ ਲਗਾਈ ਹੋਈ ਸੀ, ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। 70 ਸਾਲਾਂ ਦੀ ਬਜ਼ੁਰਗ ਔਰਤ, ਜਦ ਬਜ਼ੁਰਗ ਔਰਤ ਨੂੰ ਅੱਗ ਲੱਗੀ ਹੋਈ ਸੀ ਤਾਂ ਉਸ ਵੇਲੇ ਘਰ ਦੇ ਬਾਹਰੋਂ ਦੋ ਨੌਜਵਾਨ ਗੁਜ਼ਰ ਰਹੇ ਸੀ। ਉਹਨਾਂ ਨੇ ਕਮਰੇ ਅੰਦਰੋਂ ਧੂੰਆਂ ਉੱਠਦਾ ਦੇਖਿਆ ਤਾਂ ਉਹਨਾਂ ਨੇ ਭੱਜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਗੇਟ ਤੋਂ ਟੱਪ ਕੇ ਉਹ ਜਦ ਅੰਦਰ ਪਹੁੰਚੇ ਤਾਂ ਦੇਖਿਆ ਸਿਰਫ ਰਾਖ ਹੀ ਬਚੀ ਸੀ। ਬਜ਼ੁਰਗ ਮਾਤਾ ਜਿਸ ਦੀ ਉਮਰ 70 ਸਾਲ, ਉਸਦੀ ਮੌਤ ਹੋ ਚੁੱਕੀ ਸੀ। ਤਾਂ ਸਾਵਧਾਨ ਹੋ ਜਾਓ, ਸਿਰਹਾਣੇ ਦੇ ਕੋਲ ਅੰਗੀਠੀਆਂ ਰੱਖ ਕੇ ਸੌਣ ਵਾਲਿਓ, ਵੱਡਾ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਕਦੇ ਵੀ ਅੰਗੀਠੀ ਦੇ ਵਿੱਚੋਂ ਚੰਗਿਆੜ ਨਿਕਲ ਕੇ ਤੁਹਾਡੀ ਰਜ਼ਾਈ ਕੰਬਲ ਕਿਸੇ ਵੀ ਚੀਜ਼ 'ਤੇ ਪੈ ਸਕਦਾ ਹੈ, ਜਿਸ ਕਰਕੇ ਤੁਹਾਡੀ ਜਾਨ ਨੂੰ ਖਤਰਾ ਹੋਵੇਗਾ। ਆਓ ਇਸ ਬਜ਼ੁਰਗ ਔਰਤ ਦੇ ਨਾਲ ਇਹ ਹਾਦਸਾ ਕਿਵੇਂ ਵਾਪਰਿਆ ਚਸ਼ਮਦੀਦਾਂ ਤੋਂ ਜਾਣਦੇ ਹਾਂ। ਕੀ ਕਰਨਾ ਵਾਪਰਿਆ ਸਰ? ਸਾਨੂੰ ਸਾਡੇ ਐਮਰਜੈਂਸੀ ਨੰਬਰ 'ਤੇ ਸੂਚਨਾ ਮਿਲੀ ਸੀ ਕਿ ਇੱਕ ਘਰ 'ਚ ਬੁੜੀ ਅੰਗੀਠੀ ਦਾ ਲੱਗ ਸੇਕ ਰਹੀ ਹੈ ਅਤੇ ਉਹ ਥੱਲੋਂ ਅੱਗ ਪੈ ਗਈ ਉਸ ਲੇਡੀਜ਼ ਦੇ ਮੰਜੇ ਨੂੰ, ਅਤੇ ਜਦੋਂ ਇਹ ਅੱਗ ਬੁਝਾਈ ਤਾਂ ਲੇਡੀ ਸੜ ਕੇ ਸਵਾਹ ਹੋ ਚੁੱਕੀ ਸੀਗੀ। ਹਾਂਜੀ ਸਰ, ਪੁਲਿਸ ਮੌਕੇ 'ਤੇ ਮੁਲਾਜ਼ਮ ਪਹੁੰਚ ਗਏ, ਸਰਦਾਰ ਗੁਰਤੇਜ ਸਿੰਘ ਜੀ, ਗੁਰਜੀਤ ਸਿੰਘ ਜੀ ਅਤੇ ਬਾਕੀ ਦੋ ਹੋਰ ਸਰ, ਅਤੇ ਇਹ ਅਗਲੀ ਆਪਦੀ ਬਣਦੀ ਕਾਰਵਾਈ ਕਰ ਰਹੇ ਆ। ਸਰ ਗਿੱਠੀ 'ਤੇ ਕਹਿੰਦੇ ਅੱਗ ਸੇਕਦੀ ਸੀ, ਬਜ਼ੁਰਗ ਸੀਗੀ, ਕਿਤੇ ਪਤਾ ਨਹੀਂ ਲੱਗਿਆ ਥੱਲੋਂ ਕਿਸੇ ਕੱਪੜੇ ਵਗੈਰਾ ਉੱਤੇ ਮੰਜੇ ਦੇ ਨਾਲ ਅੱਗ ਪੈ ਗਈ। ਸਰ ਇਹਨਾਂ ਦਾ ਲੜਕਾ ਕੋਲੇ ਕੋਈ ਨਹੀਂ ਸੀਗਾ, ਇਹ ਇਕੱਲੇ ਲੇਡੀਜ਼ ਆ, 65-70 ਸਾਲ ਦੇ ਬਜ਼ੁਰਗ ਆ। ਹਾਂਜੀ ਹਾਂਜੀ, ਅੱਜ ਉਹ ਘੰਟੇ ਪਹਿਲਾਂ ਅਸੀਂ ਦੇਖਿਆ ਕਿਸੇ ਮੁੰਡੇ ਜਾਂਦੇ ਸੀਗੇ, ਉਹਨਾਂ ਨੇ ਦੇਖਿਆ ਧੂੰਆਂ ਤਾਂ ਉੱਡ ਹੀ ਜਾਂਦਾ ਇੱਥੇ ਬਾਲਾ, ਅਤੇ ਵੀ ਅੱਗ ਉੱਗ ਲੱਗੀ ਹੋਈ ਹੈ। ਉਹਨਾਂ ਨੇ ਦੇਖਿਆ ਆ ਕੇ ਅੰਦਰ ਆ ਕੇ ਦੇਖਿਆ ਬੁੜੀ ਮੱਛੀ ਪਈ ਸੀ, ਅੱਗ ਲੱਗੀ ਜਾਂਦੀ ਸੀ। ਹਾਂਜੀ ਹਾਂ, ਕੀ ਕਿੰਨੀ ਕੁ ਉਮਰ ਸੀ ਜਿਹੜੀ ਇਹਦੀ? ਤਕਰੀਬਨ 65-70 ਸਾਲ ਦੇ ਕਰੀਬ ਹੈ। ਕੋਈ ਪਤਾ ਲੱਗਿਆ ਵੀ ਕੀ ਕਾਰਨ? ਕੀ ਕਾਰਨ? ਇਹ ਅੱਗ ਉੱਗ ਸੇਕਦੀ ਸੀ, ਜਿਵੇਂ ਕੱਪੜੇ ਕੁਪੜੇ ਉੱਤੇ ਪੈ ਪਊਗੀ, ਉਸ ਹਿਸਾਬ ਨਾਲ ਹੀ ਹੋਇਆ ਕੋਈ ਸਿਸਟਮ। ਇਕੱਲੇ ਹੀ ਰਹਿੰਦੇ ਸੀ ਘਰ? ਨਹੀਂ, ਇੱਕ ਮੁੰਡਾ ਵੀ ਹੈਗਾ ਇਹਨਾਂ ਦਾ ਜੀ, ਉਹ ਦੇ ਕੰਮ ਕੁੰਮ 'ਤੇ ਗਿਆ, ਸਫਾਈ ਸਫੂਈ ਕਰਦਾ। ਜਦੋਂ ਇਹ ਘਟਨਾ ਵਾਪਰੀ ਇਹ ਮੁੰਡਾ ਸੀਗਾ ਇੱਥੇ ਕਿ ਨਹੀਂ ਸੀ? ਨਹੀਂ ਨਹੀਂ, ਕੋਈ ਹੈ ਨਹੀਂ ਸੀ, ਕੋਈ ਵੀ ਇਕੱਲੀ ਮਾਤਾ ਸੀ, ਮਾਤਾ ਹੀ ਸੀ। ਹੁਣ ਪੁਲਿਸ ਆਈ ਹੈ ਕੀ ਕਹਿ ਰਹੀ? ਹੁਣ ਪੁਲਿਸ ਸਾਹਿਬ ਦੀ ਕਾਰਵਾਈ ਕਰ ਰਹੀ ਹੈ, ਟਾਈਮ 'ਤੇ ਆ ਗਈ, ਐਂਬੂਲੈਂਸ ਵੀ ਆ ਗਈ ਸੀ, ਪੁਲਿਸ ਜਨਾਬ ਸਾਹਿਬ ਸਾਰੇ ਆ ਗਏ ਸੀ, ਸਾਰੇ ਬਸਤੀ ਵਾਲੇ ਬੰਦੇ ਆ ਗਏ। ਹੁਣ ਦੇਖੋ ਜਨਾਬ ਕੀ ਕਾਰਵਾਈ ਕਰਦੇ ਆ। ਤੁਹਾਡਾ ਸ਼ੁਭ ਨਾਮ ਜੀ? ਰੁਤਾਸ਼ ਜੀ। ਬਜ਼ੁਰਗ ਲੇਡੀ ਰਹਿੰਦੀ ਸੀਗੀ ਮਕਾਨ ਦੇ ਵਿੱਚ, ਅਤੇ ਠੰਡ ਦੇ ਕਰਕੇ ਅੱਗ ਉੱਗ ਵਗੈਰਾ ਸੇਕਣਾ ਉੱਤੇ ਰੱਖੀ ਸੀ ਇਹਨਾਂ ਨੇ ਕਿਤੇ, ਅਤੇ ਉੱਥੋਂ ਹੀ ਇਹਨਾਂ ਨੂੰ ਅੱਗ ਉੱਗ ਪੈ ਗਈ ਕਿਤੇ ਜੀ। ਹਾਂਜੀ, ਹੁਣ ਬਸ ਦੇਖਦੇ ਹਾਂ ਜੀ ਜਿਹੜੀ ਕਾਰਵਾਈ ਬਣਦੀ ਹੈ। ਬਿਮਲਾ ਦੇਵੀ ਹੈ ਜੀ, ਪਿਆਰੇ ਲਾਲ ਸਵਰਗਵਾਸੀ ਦੇ ਘਰ ਵਾਲੀ, ਬਜ਼ੁਰਗ ਹੀ ਹੈ ਜੀ। ਬਜ਼ੁਰਗ ਹੀ ਸੀ ਵੈਸੇ, ਮਾੜਾ ਮੋਟਾ ਇਹਦਾ ਲੜਕਾ ਸਫਾਈ ਸਫੂਈ ਦਾ ਕੰਮ ਕਰਦਾ ਜੀ ਕਿਤੇ ਬਾਹਰ। ਕੀ ਕਾਰਨ ਕੀ ਬਣਿਆ ਵੀ? ਮਤਲਬ ਕਿ ਅੰਗੀਠੀ ਕਾਰਨ ਜਿਹੜਾ ਹੈ? ਅੰਗੀਠੀ ਦੇ ਕਾਰਨ ਹੀ ਅੱਗ ਉੱਗ ਲੱਗ ਗਈ ਇਹਨਾਂ ਦੇ ਕਿਤੇ ਜੀ, ਕੋਈ ਅੱਗ ਉੱਗ ਸੇਕਣਾ ਉੱਤੇ ਲੱਖੀ ਜੀ ਇਹਨਾਂ ਨੇ ਕਿਤੇ, ਉੱਥੇ ਹੀ ਪੈ ਪਊਗਾ ਜੀ ਇਹਨਾਂ ਨੇ। ਜਦੋਂ ਘਟਨਾ ਵਾਪਰੀ ਕੋਈ ਲੜਕਾ ਇਹਨਾਂ ਦਾ ਕੋਲੇ ਸੀ? ਨਹੀਂ ਨਹੀਂ, ਇਕੱਲੇ ਹੀ ਸੀਗਾ ਜੀ, ਕੋਈ ਨਹੀਂ ਸੀਗਾ ਕਹਿੰਦੇ।
ਆਂਢ ਗੁਆਂਢ ਦੇ ਲੋਕ ਆਏ ਸੀ ਮੌਕੇ 'ਤੇ, ਅਸੀਂ ਵੀ ਆ ਗਏ ਸੀਗੇ, ਅੱਗ ਬੁਝਾ ਤੀ ਹੈ ਅਤੇ ਹੁਣ ਕਾਰਵਾਈ ਦੇਖਦੇ ਕੀ ਜਿਹੜੀ ਬਣਦੀ।